ਚੱਲ ਗਾਂ ਹੋ ਗਿਆ ਨਾ ਆ ਬੱਕਰੇ ਗੇਣ ਕਿੰਨੇ ਆ ਚੌੜੀ ਸਾਹਿਬ ਤੁਸੀਂ ਇੰਨਾ ਕੋ ਅਦਮੇ ਤੇ ਮੈਂ ਅੱਧਾ ਵੋਟ ਲੈਣਾ ਆ ਕਿ ਘੱਟ ਦੇ ਬੱਕਰੇ ਤੁਹਾਡੇ ਕੋ ਉਹ ਗਿਣਤੀ ਨਹੀਂ ਕਰਨੀ ਆਪਣੇ ਮਾਲ ਡੰਗਰ ਦੀ ਤੁਸੀਂ ਤੇ ਵੱਖਰਾ ਹੀ ਇਲੈਕਸ਼ਨ ਕਮਿਸ਼ਨ ਬਣੇ ਹੋ ਆ ਕੇ ਅੱਜ ਫਲਾਣੀ ਸ਼ਹਿਰ ਦੀ ਗਿਣਤੀ ਕਰੋ ਤੇ ਫਲਾਣੀ ਸ਼ਹਿਰ ਦੀ ਗਿਣਤੀ ਕਰੋ ਮੈਂ ਜੋ ਡੇਰੇ ਤੇ ਆਉਣਾ ਹੁੰਦਾ ਨਾ ਤੇ ਇੰਜ ਹੀ ਹੁੰਦਾ ਉਹ ਡੇਰੇ ਤੇ ਆਉਣਾ ਹੁੰਦਾ ਵਾ ਪਰ ਇੰਜ ਰਾਤ ਤਾਂ ਡੇਰ ਰੱਖਣ ਵਾਲਿਆਂ ਦੀ ਓਏ ਉਹ ਮੈਂ ਰੱਖਿਆ ਚੌਰੀ ਸਾਹਿਬ ਮੈਨੂੰ ਨਾ ਮਫਰੂਰੀ ਕੱਟਣ ਡਿਆ ਬਸ ਇਹ ਗੱਲ ਮਾਰਦੀ ਆ ਉਹ ਤੂੰ ਮਾਂ ਦੇ ਦੁਪੱਟੇ ਨਾਲੋਂ 150 ਰੁਪਇਆ ਖੋਲ ਕੇ ਦੌੜਿਆ ਤੇ ਮਫਰੂਰੀ ਕਹਿਣਾ ਇਹਨੂੰ ਚੱਲ ਗਿਣ ਆਂਦਿਆ 4 ਤੇ 3 7 ਆ ਤੇ ਇੱਕ ਬੱਕਰਾ 7 ਭੇਡਾਂ ਆ ਤੇ ਇੱਕ ਬੱਕਰਾ ਹੁਣ ਪੂਰਾ ਵਾ ਵੇਖ ਲਓ ਜੀ ਇਹਦੇ 8 ਸੀਗੀਆਂ ਭੇਡਾਂ ਨਹੀਂ ਇਹ ਤੁਸੀਂ ਕਿਸੇ ਨੂੰ ਵਟਸਐਪ ਕਰਨੀ ਆ ਗਿਣਤੀ ਕਰਕੇ ਵੀ ਰੋਜ਼ ਆਉਂਦੇ ਹੋ ਕਦੀ ਤੇ ਕਦੀ ਕੋਈ ਪੁੱਛਦੇ ਨਹੀਂ ਵੀ ਇੱਥੇ ਕਿਹੜੀ ਸ਼ਿਆ ਘਾਟਿਆ ਤੇ ਕਿਹੜੀ ਵੱਧ ਹੈ ਅਸੀਂ ਕੋਈ ਚੋਰ ਆ ਓ ਯਾਰ ਮੈਂ ਆਪਣਾ ਮਾਲ ਡੰਗਰ ਨਾ ਗਿਣਾ ਦੱਸ ਮੈਨੂੰ ਉਹ ਗਿਣੋ ਬਈ ਤੁਸੀਂ ਇਹਦੇ ਵਿੱਚੋਂ 2 ਨਗ ਚੁੱਕ ਕੇ ਤੇ ਵੇਚਾ ਤੇ ਕੌਣ ਜ਼ਿੰਮੇਵਾਰ ਆ ਉਹ ਨਗ ਬੜਾ ਫਰੋਜੇ ਰੱਖੇ ਤੁਸੀਂ ਇੱਥੇ ਨਗ ਵੇਚ ਦੇਣਾ ਆ ਇਹ ਹੁੰਦੇ ਹੀ ਆਣਾ ਵੇ 2-3 ਪੀਸ ਘਟ ਜਾਣ ਤੇ ਫੇਰ ਉਹ ਘਟ ਜਾਣਗੇ ਚੌਰੀ ਸਾਹਿਬ ਇਦਾਂ ਤੁਸੀਂ ਕੰਮਿਆਂ ਦੇ ਸ਼ੱਕ ਕਰਨ ਲੱਗ ਗਿਆ ਅਸੀਂ ਕੰਮ ਕਿੱਦਾਂ ਕਰਨਾ ਹੈ ਕੰਮ ਕਰਨਾ ਤੁਸੀਂ ਪੈਸੇ ਨਹੀਂ ਲਿਆ ਐਡਵਾਂਸ ਲਿਆ ਤੂੰ ਉਹ ਐਡਵਾਂਸ ਲਿਆ ਤੇ ਇਹਦਾ ਮਤਲਬ ਆ ਕਿ ਹੁਣ ਤੁਸੀਂ ਮੇਰੇ ਖਮੀ ਚੜਿਆ ਰਵੋ ਹਰ ਟਾਈਮ ਆ ਗਾਂ ਉਹ ਗੱਲਾਂ ਨਾ ਕਰ ਤੂੰ ਮੈਨੂੰ ਜਾਣਦਾ ਨਹੀਂ ਚੋਰੀ ਸਾਹਿਬ ਮੈਂ ਨਾ ਇੱਥੇ ਮਫਰੂਰੀ ਕੱਟਣ ਡਿਆ ਇਹ ਗੱਲ ਦੀ ਕਾਣ ਆ ਮੈਨੂੰ ਬਸ ਵੱਡੇ ਭਰਾ ਦੀ ਜੁੱਤੀ ਪਾ ਕੇ ਤੂੰ ਘਰੋਂ ਨਿਕਲਿਆ ਇਹਨੂੰ ਮਫਰੂਰੀ ਕਹਿਣਾ ਮਫਰੂਰੀ ਕਹਿਣਾ ਚੱਲ ਢੇਰ ਮਾਲਕਾਂ ਦੀ ਫੇਰ ਉਹੀ ਗੱਲ ਤੇਰਾ ਵੀ ਮਾਲਕ ਮੈਂ ਤੈਨੂੰ ਸਮਝ ਨਹੀਂ ਆਉਣ ਦੇ ਬੂਆ ਖੋਲ ਚੱਲ ਬਾਹਰ ਓਏ ਹਾਂਜੀ ਆ ਗੋਗੇ ਆ ਬੰਦ ਕਿਹਨੇ ਕਰਨਾ ਤੇ ਤੁਹਾਡੀ ਇੱਕ ਬਾਹ ਆ ਤੁਸੀਂ ਕਰ ਲਓ ਉਹ ਚੋਰੀ ਨੂੰ ਕਹਿਣ ਦਿਆ ਚੋਰੀ ਨੂੰ ਚੋਰੀ ਸਾਹਿਬ ਮੈਂ ਨਾ ਮਫਰੂਰੀ ਕੱਟਣ ਡਿਆ ਬਸ ਇੱਥੇ ਮੈਨੂੰ ਕਾਣ ਇਹ ਮਾਰਦੀ ਆ ਓਏ ਨਾਲਦਿਆਂ ਦੀ ਮੋਟਰਸਾਈਕਲ ਨੂੰ ਤੂੰ ਕਿੱਕ ਮਾਰ ਕੇ ਦੌੜਿਆ ਤੇ ਇਹਨੂੰ ਮਫਰੂਰੀ ਕਹਿਣਾ ਹੈ ਪੇਟ ਲਾਉਣਾ ਮਿਸਤਰੀਆਂ ਕੋਲੋਂ ਉਹ ਤਾਂ ਮੈਂ ਲਾਉਣਾ ਆ ਆਪ ਹੀ ਲਵਾ ਲੈਣਗੇ ਉਹ ਇਹਨੂੰ ਵੇਖ ਉਹ ਇਹਨੂੰ ਕਾਹਦਾ ਵੇਖਾਂ ਮੈਂ ਮਾਲ ਡੰਗਰ ਵੇਖਾਂ ਕਿ ਗੇਟ ਵੇਖਣਾ ਮੈਂ ਉਹ ਇਹਨੂੰ ਇੱਧਰ ਕਰਕੇ ਵੇਖ ਥੋੜਾ ਜਿਹਾ ਚੌਰੀ ਸਾਹਿਬ ਭਾਰਾ ਆ ਤੁਸੀਂ ਹੱਥ ਪਵਾਓ ਨਾਲ ਉਹ ਮੈਨੂੰ ਕਹਿੰਦੇ ਆ ਮੈਨੂੰ ਕਹਿੰਦੇ ਆ ਚੌਰੀ ਸਾਹਿਬ ਮੈਂ ਨਾ ਮਫਰੂਰੀ ਦੀ ਕਾਣ ਆ ਮੈਨੂੰ ਤੈਨੂੰ ਮੈਂ ਦੱਸਾਂ ਤੇ ਦੁਕਾਨ ਵਾਲੇ ਦੀ ਨਾ ਮੂੰਗਫਲੀ ਚੁੱਕ ਕੇ ਦੌੜਿਆ ਤੇ ਇਹਨੂੰ ਮਫਰੂਰੀ ਕਹਿਣਾ ਹੈ ਆ ਜੰਗ ਲੱਗ ਗਿਆ ਇਹਨੂੰ ਪਿਆ ਪਿਆ ਇਹਨੂੰ ਰੰਗ ਹੀ ਕਰ ਛੱਡ ਇੱਥੇ ਸਾਰੇ ਕੰਮ ਤੁਸੀਂ ਇੱਕ ਬੰਦੇ ਕੋਲ ਲਈ ਜਾਂਦੇ ਮਾਲ ਡੰਗਰ ਵੀ ਅਸੀਂ ਸਾਂਭੀਏ ਦੂਸਰੇ ਕੰਮ ਵੀ ਅਸੀਂ ਕਰੀਏ ਇਹਦਾ ਖੋਤਾ ਕਿੱਥੇ ਆ ਗਿਆ ਖੋਤਾ ਟਿਊਸ਼ਨ ਪੜ੍ਹਨ ਗਿਆ ਆ ਇੱਥੇ ਹੀ ਹੋਣਾ ਵਾ ਉਹਨੇ ਕਿੱਥੇ ਜਾਣਾ ਹੈ ਹੈਂ ਲਿਟਣ ਗਿਆ ਆ ਵੇਖ ਲਾ ਪੱਠੇ ਸਵੇਰ ਦੇ ਉੱਥੇ ਹੀ ਪਏ ਤੇ ਤੂੰ ਕਹਿੰਦਾ ਜੀ ਮੈਂ ਸਾਰੇ ਹੀ ਕੰਮ ਕਰ ਲਿਆ ਲੜਾਏ ਆ ਅਸੀਂ ਲੜਾਏ ਆ ਤੂੜੀ ਤੇ ਪੱਥੇ ਇੱਥੋਂ ਹੀ ਪਾਉਣ ਡਏ ਅਸੀਂ ਸੁਬਾਹ ਦੇ ਟੋਕਾ ਸਹੀ ਚੱਲਣ ਦਿਆ ਨਹੀਂ ਵਿੰਗਾ ਚੱਲਦਾ ਹੈ ਚੱਲਣਾ ਉਹਨੂੰ ਕੀ ਗੱਲ ਹੈ ਵਿੰਗਾ ਤੇ ਤੂੰ ਚੱਲਣ ਦਿਆ ਹਰ ਗੱਲ ਦਾ ਪੁੱਠਾ ਜਵਾਬ ਦੇਣਾ ਚੌਰੀ ਨੂੰ ਉਹਦੇ ਵੀ ਤੁਸੀਂ ਸਾਹ ਵੀ ਤੇ ਲਵੋ ਅਸੀਂ ਵੰਡਣਾ ਹੀ ਕੰਮ ਕਰਨਾ ਆ ਚੱਲ ਇੱਧਰ ਹੋ ਜਾ ਡੰਗਰਾਂ ਨੇ ਖਾਣੀ ਤੇ ਉਹਦੇ ਉੱਤੇ ਹੀ ਖਲੋਤਾ ਹੈ ਡੰਗਰਾਂ ਨੇ ਖਾਣੀ ਹੈ ਫਿਰ ਕੀ ਅਸੀਂ ਪਾਉਂਦੇ ਨਹੀਂ ਉਹਨਾਂ ਚੱਲ ਇੱਥੋਂ ਨੁੱਕਰ ਤੋਂ ਸ਼ੁਰੂ ਹੋ ਜਾ ਚੱਲ ਉਹ ਥੱਲੋ ਤੱਕ ਧਿਆਨ ਨਾਲ ਏਦਾਂ ਵੱਡੀ ਦੇ ਪੁੱਠੇ ਸੌਰੀ ਮੈਂ ਨਾ ਮਫਰੂਰੀ ਕੱਟਣ ਡਿਆ ਮੈਂ ਬੰਦਾ ਮਿੰਟ 'ਚ ਪਰੋ ਦਿੰਦਾ ਏਦਾਂ ਸੌਖਾ ਨਹੀਂ ਕੰਮ ਕਰਨਾ ਉਹ ਕਰਨ ਹੀ ਡਿਆ ਵਾ ਸੌਖਾ ਮਰਨ ਡਿਆ ਮੈਂ ਸਾਹ ਰੁਕਣ ਡਿਆ ਮੇਰਾ ਕੰਮ ਕਰਨ ਲੱਗਿਆ ਇਹ ਪੱਠੇ ਕਿੱਥੋਂ ਚੁੱਕੇ ਹੀ ਉਹ ਆਪਣੇ ਲਿਆਂਦੇ ਆ ਵੱਢ ਕੇ ਉੱਥੋਂ ਹੀ ਮਿਕਸ ਕੀਤੇ ਹੀ ਆਹੋ ਤੂੜੀ ਪਾਈ ਵਿੱਚ ਆ ਤੂੜੀ ਆ ਹੋਰ ਮੈਂ ਚ ਕੀ ਕਲਵੰਜੀ ਪਾਤੀ ਆ ਇਹਦੇ ਵਿੱਚ ਵੇਖ ਮੇਰਾ ਕੱਲ ਦਾ ਮੋਬਾਈਲ ਨਹੀਂ ਲੱਭਣ ਦਿਆ ਸ਼ਾਇਦ ਇਹਦੇ ਵਿੱਚ ਡਿੱਗਾ ਹੋਵੇ ਕੋਈ ਸਾਹਿਬ ਖਰਾ ਨੂੰ ਜਾਣ ਦੇਣੀ ਆ ਕਿਉਂ ਤੁਸੀਂ ਹੁਣ ਮੈਨੂੰ ਜੇ ਕੱਢਣਾ ਜੇ ਨਾ ਤੇ ਮੈਨੂੰ ਉਂਝ ਕੱਢ ਦਵੋ ਐਦਾਂ ਇਲਜ਼ਾਮ ਲਾ ਕੇ ਨਾ ਕੱਢੋ ਕਿ ਮੋਬਾਈਲ ਡਿੱਗ ਪਿਆ ਤੇ ਕੱਲ ਤੁਸੀਂ ਕਹੋ ਪੈਸੇ ਡਿੱਗ ਪਏ ਮੇਰੇ ਓਏ ਹੱਥ ਤੇ ਮਾਰ ਵਿੱਚ ਇੰਜ ਇੰਜ ਰਲਾ ਸ਼ਾਇਦ ਉੱਤੇ ਆ ਜਾਵੇ ਉਹ ਉੱਤੇ ਉਹ ਕਿਹੜਾ ਫੁੱਲ ਕੇ ਆਉਣਾ ਵੀ ਪਾਣੀ 'ਚ ਡਿੱਗਿਆ ਵਾ ਵੇਖ ਤੇ ਸਹੀ ਧਿਆਨ ਨਾਲ ਵਿੱਚ ਵੇਖ ਲਿਆ ਕਰ ਕੋਈ ਚੀਜ਼ ਇਹੋ ਜਿਹੀ ਨਾ ਹੋਵੇ ਡੰਗਰ ਦੇ ਅੰਦਰ ਨਾ ਚਲੀ ਜਾਵੇ ਆ ਮਸੂਮ ਵੇਖ ਤੇਰੀ ਜਾਨ ਨੂੰ ਰੋਂਦੀ ਆ ਵੇ ਸਾਡੀ ਜਾਨ ਨੂੰ ਕਿਉਂ ਰੋਣਾ ਚੋਰੀ ਸਾਹਿਬ